ਲੁਧਿਆਣਾ ਦੇ ਸਿਵਲ ਹਸਪਤਾਲ ਆਏ ਦਿਨ ਹੀ ਸੁਰਖੀਆਂ ਦੇ ਵਿੱਚ ਰਹਿੰਦਾ। ਦੱਸ ਦਈਏ ਕਿ ਸਿਵਲ ਹਸਪਤਾਲ ਆਏ ਦਿਨ ਬਦ ਇੰਤਜ਼ਾਮੀ ਦੇ ਚੱਲਦੇ ਚਰਚਾ ਦੇ ਵਿੱਚ ਵੀ ਰਹਿੰਦਾ। ਲੁਧਿਆਣਾ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਸਿਵਲ ਹਸਪਤਾਲ ਪੁੱਜੇ ਨੇ। ਉਹਨਾਂ ਨੇ ਹਸਪਤਾਲ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਹਨਾਂ ਦੇ ਨਾਲ ਸਿਵਲ ਸਰਜਨ ਡਾਕਟਰ ਜਸਵੀਰ ਸਿੰਘ ਵੀ ਮੌਜੂਦ ਰਹੇ। ਸਾਂਸਦ ਸੰਜੀਵ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲੁਧਿਆਣਾ ਦੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਹਸਪਤਾਲ ਵਰਗਾ ਬਣਾਉਣ ਦੇ ਲਈ ਕੰਮ ਕਰ ਰਹੇ ਨੇ। ਦੱਸਦੇ ਕਿ ਹਸਪਤਾਲ ਦੇ ਵਿੱਚ ਲੰਬੇ ਸਮੇਂ ਤੋਂ ਸੀਵਰੇਜ ਸਿਸਟਮ ਦੀ ਸਮੱਸਿਆ ਸੀ। ਬਰਸਾਤ ਦੇ ਦਿਨਾਂ ਦੇ ਵਿੱਚ ਸੀਵਰੇਜ ਸਿਸਟਮ ਓਵਰਫਲੋ ਹੋ ਜਾਂਦਾ ਸੀ, ਪਰ ਹੁਣ ਪਾਈਪਾਂ ਅਤੇ ਨਵਾਂ ਸੀਵਰੇਜ ਸਿਸਟਮ ਪਾ ਕੇ ਹਸਪਤਾਲ ਨੂੰ ਬਿਹਤਰ ਬਣਾਇਆ ਗਿਆ। ਹਸਪਤਾਲ ਵਿੱਚ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਲਗਾਈ ਗਈ ਅਤੇ ਪਿਛਲੇ 10 ਸਾਲ ਤੋਂ ਬੰਦ ਪਈ ਲਿਫਟਾਂ ਦੀ ਸ਼ੁਰੂਆਤ ਦਾ ਕੰਮ ਵੀ ਜਿਹੜਾ ਕਿ ਸ਼ੁਰੂ ਕੀਤਾ ਜਾ ਰਿਹਾ। ਲਿਫਟਾਂ ਨੂੰ ਸ਼ੁਰੂ ਕਰਨ ਦਾ ਠੇਕਾ ਜੌਨਸਨਸ ਕੰਪਨੀ ਨੂੰ ਫਿਲਹਾਲ ਦਿੱਤਾ ਗਿਆ। ਅਰੋੜਾ ਨੇ ਵੀ ਦੱਸਿਆ ਕਿ ਐਮਰਜੈਂਸੀ ਦੀ ਰੰਗਾਈ ਪੁਤਾਈ ਦਾ ਕੰਮ ਵੀ ਲਗਾਤਾਰ ਜਾਰੀ ਹੈ। ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਸਟਾਫ ਤੋਂ ਵੀ ਕੰਮ ਦੇ ਦੌਰਾਨ ਆਉਣ ਵਾਲੀਆਂ ਸਮੱਸਿਆ ਦੇ ਬਾਰੇ ਕੁਝ ਪੁੱਛਿਆ ਜਾ ਰਿਹਾ ਅਤੇ ਉਹਨਾਂ ਦਾ ਸਮਾਧਾਨ ਵੀ ਮੌਕੇ ਤੇ ਕੱਢਿਆ ਜਾ ਰਿਹਾ। ਅਰੋੜਾ ਨੇ ਵੀ ਕਿਹਾ ਕਿ ਹਸਪਤਾਲ ਵਿੱਚ ਚੂਹਿਆਂ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸੀ, ਜਿਸ ਦਾ ਹੁਣ ਪੱਕੇ ਤੌਰ ਤੇ ਹੱਲ ਵੀ ਕਰਵਾ ਦਿੱਤਾ ਗਿਆ। ਹਸਪਤਾਲ ਦੇ ਪਿੱਛੇ ਬਣੇ ਕੂੜੇ ਦੇ ਡੰਪ ਨੂੰ ਨਿਗਮ ਅਧਿਕਾਰੀਆਂ ਦੀ ਮਦਦ ਦੇ ਨਾਲ ਹਟਾ ਦਿੱਤਾ ਗਿਆ। ਸਿਵਲ ਹਸਪਤਾਲ ਦੇ ਵਾਟਰ ਪ੍ਰੂਫਿੰਗ ਨੂੰ ਸਹੀ ਕਰਵਾਇਆ ਜਾ ਰਿਹਾ। ਹਸਪਤਾਲ ਵਿੱਚ ਸਮਾਨ ਦੀ ਚੋਰੀ ਕਾਫੀ ਹੋ ਰਹੀ ਸੀ, ਜਿਸ ਕਾਰਨ ਹੁਣ ਆਧੁਨਿਕ ਸੁਰੱਖਿਆ ਦਾ ਇੰਤਜ਼ਾਮ ਵੀ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ। ਆਉਣ ਵਾਲੇ ਸਮੇਂ ਵਿੱਚ ਸੀਸੀਟੀਵੀ ਵੀ ਹੋਰ ਜ਼ਿਆਦਾ ਲਗਵਾਏ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ ਡਾਕਟਰਾਂ ਅਤੇ ਹੋਰ ਸਟਾਫ ਨੂੰ ਵੀ ਭਰਤੀ ਕੀਤਾ ਜਾਵੇਗਾ। ਇਸ ਤਰ੍ਹਾਂ ਜੀ, ਸਿਵਲ ਹਸਪੀਟਲ 'ਚ ਆਪਣੇ ਸਿਵਲ ਸਰਜਨ ਸਾਹਿਬ ਵੀ ਬੈਠੇ, SMO ਮੈਡਮ ਬੈਠੇ, ਆਪਣੇ ADC ਸਾਹਿਬ ਬੈਠੇ। ਹੁਣ ਸਾਡੀ ਇਹ ਜੋ ਅਸੀਂ ਪੂਰਾ ਜਾਇਜ਼ਾ ਲਿੱਤਾ, ਪੂਰੀ ਡਿਸਕਸ਼ਨ ਕੀਤੀ। ਇੱਕ ਤਾਂ ਸਿਵਲ ਪਾਰਟ ਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਕਿ ਕਈ ਸਾਲਾਂ ਦਾ ਪੁਰਾਣਾ ਸੀਵਰੇਜ ਚੱਲਿਆ ਆ ਰਿਹਾ ਸੀਗਾ, ਸਾਰਾ ਸੀਵਰੇਜ ਅਸੀਂ ਰੀਲੇ ਕਰਤਾ, ਮਤਲਬ ਕਿ ਨਵਾਂ ਸੀਵਰੇਜ ਪਾਤਾ। ਉਹਦੇ ਨਾਲ ਹਾਈਜੈਨਿਕ ਕੰਡੀਸ਼ਨਸ ਵੀ ਹੋ ਜਾਂਦੀਆਂ, ਔਰ ਦੂਜੀ ਗੱਲ ਇਹ ਹੈ ਕਿ ਕੋਈ ਬਲੋਕੇਜ ਨਹੀਂ ਹੁੰਦੀ ਹੋਸਪਿਟਲ 'ਚ। ਇੱਕ ਲਿਫਟਾਂ ਬੜੀ ਦੇਰ ਦੀਆਂ ਬੰਦ ਪਈਆਂ ਸੀ, ਦੋ ਲਿਫਟਾਂ ਹੈਗੀਆਂ ਇੱਥੇ ਜੌਨਸਨ ਦੀਆਂ ਲੱਗੀਆਂ, ਉਹ ਜੌਨਸਨ ਵਾਲੇ ਇੱਥੇ ਆਏ ਆ, ਉਹਨਾਂ ਨੂੰ ਵੀ ਅੱਜ ਬੁਲਾਇਆ ਸੀ, ਉਹਨਾਂ ਨੂੰ ਕੰਟਰੈਕਟ ਦੇ ਚੁੱਕੇ ਹਾਂ ਅਸੀਂ, ਔਰ ਉਹ ਮੰਡੇ ਨੂੰ ਇੱਕ ਲਿਫਟ ਚਾਲੂ ਹੋ ਰਹੀ ਹੈ, ਉਸ ਤੋਂ ਹਫ਼ਤੇ ਬਾਅਦ ਦੂਜੀ ਚਾਲੂ ਹੋ ਰਹੀ ਹੈ।